ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਫਿਰ ਸ਼ਹੀਦਾਂ ਸਾਹਿਬ ਤੋਂ ਲਾਈਵ ਚੱਲਦਾ ਪਿਆ ਗ੍ਰੇਟ ਟੀਵੀ ਦੇ ਨਾਲ। ਮੈਂ ਇੱਕ ਦਿਖਾਉਣਾ ਚਾਹਾਂਗੀ ਵੀਰ ਜੀ ਹੁਣੀ ਲੱਸੀ ਲੈ ਕੇ ਆਉਂਦੇ ਆ ਕਾਫੀ ਕੁਇੰਟਲਾਂ ਦੇ ਹਿਸਾਬ ਨਾਲ, ਜੋ ਕਿ ਲੱਸੀ ਇੱਥੇ ਤਿਆਰ ਹੋ ਰਹੀ ਹੈ। ਇਹਦੇ ਵਿੱਚ ਮਸਾਲੇ ਪਾਈ ਜਾਂਦੇ ਆ ਜਿੱਦਾਂ ਜੀਰਾ, ਸੌਂਫ, ਪੈਨ, ਮਤਲਬ ਸਿਹਤ ਲਈ ਲੱਸੀ ਕਿੰਨੀ ਕੁ ਗੁਣਕਾਰੀ ਹੈ। ਵੀਰ ਜੀ ਨਾਲ ਗੱਲ ਕਰਕੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਦੇ ਵਿੱਚ ਕੀ ਪਾਇਆ ਜਾਂਦਾ ਹੈ ਅਤੇ ਇਹ ਕਿੱਦਾਂ ਤਿਆਰ ਕਰਦੇ ਆ। ਵੀਰ ਜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਇਹਦੇ ਵਿੱਚ ਕਿਹੜੇ ਮਸਾਲੇ ਪਾਉਂਦੇ ਹੋ ਅਤੇ ਕੀ ਕੁਛ ਕਿੱਦਾਂ ਤਿਆਰ ਕਰਕੇ ਲਿਆਉਂਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਲੱਸੀ ਅਸੀਂ ਪਹਿਲਾਂ ਦੁੱਧ ਇਕੱਠਾ ਕਰੀਦਾ ਜੀ। ਦੁੱਧ ਇਕੱਠਾ ਕਰਨ ਤੋਂ, ਡੇਅਰੀ ਤੋਂ ਦੁੱਧ ਲਿਆਉਣ ਤੋਂ ਬਾਅਦ ਇਹਨੂੰ ਗਰਮ ਕਰੀਦਾ। ਗਰਮ ਕਰਨ ਤੋਂ ਬਾਅਦ ਉਸਨੂੰ ਜਾਗ ਲਾਈ ਦੀ ਆ। ਜਾਗ ਲਾਉਣ ਦਾ ਪ੍ਰੋਸੈਸ 5-6 ਘੰਟੇ ਦਾ ਹੁੰਦਾ। ਉਸ ਤੋਂ ਬਾਅਦ ਜਦੋਂ ਦੁੱਧ ਠੰਡਾ ਹੋ ਜਾਂਦਾ ਵਾ, ਇਹਨੂੰ ਠੰਡਾ ਕਰੀਦਾ ਦਹੀਂ। ਦਹੀਂ ਠੰਡਾ ਕਰਕੇ ਉਸ ਤੋਂ ਬਾਅਦ ਇਹਨੂੰ ਰਿੜਕੀਦਾ। ਇਹ ਜੋ ਮਸਾਲੇ ਕਿਹੜੇ ਕਿਹੜੇ ਪਾਉਂਦੇ ਹੋ ਅਤੇ ਇਹ ਮਤਲਬ ਕਿੱਦਾਂ ਮਸਾਲੇ ਤਿਆਰ ਕਰਦੇ? ਇਹ ਮਸਾਲੇ ਅਸੀਂ ਪੰਸਾਰੀ ਤੋਂ ਤਿਆਰ ਕਰਵਾਈਦੇ ਆ। ਉਹਨਾਂ ਨੂੰ ਦੱਸ ਦਈਏ ਕੀ ਪਾਉਣਾ ਇਹਦੇ 'ਚ। ਅਸੀਂ ਕਾਲਾ ਲੂਣ, ਚਿੱਟਾ ਲੂਣ ਅਤੇ ਜਵੈਣ, ਜੀਰਾ, ਕਾਲੀ ਮਿਰਚ, ਆਮ ਚੂਰਨ ਅਤੇ ਹੋਰ ਵੀ ਕਾਫੀ ਮਸਾਲੇ, ਛੋਟੀ ਇਲਾਇਚੀ, ਵੱਡੀ ਇਲਾਇਚੀ ਅਤੇ ਜਵੈਣ ਅਤੇ ਥੋੜ੍ਹਾ ਜਿਹਾ ਲੌਂਗ ਵੀ ਪਾਈ ਦੇ। ਸਿਹਤਮੰਦ ਚੀਜ਼ਾਂ ਨਾਲ ਤਿਆਰ ਹੁੰਦੀ ਹੈ ਸਾਰੀ ਲੱਸੀ, ਜੋ ਕਿ ਸੰਗਤ ਨੂੰ ਇੱਥੇ ਗਰਮੀ ਦੇ ਵਿੱਚ ਕੋਈ ਦਿੱਕਤ ਨਾ ਆਵੇ। ਮੈਂ ਕੈਮਰਾਮੈਨ ਨੂੰ ਕਹਾਂਗੀ ਪਿੱਛੇ ਵੀ ਸੰਗਤ ਦਾ ਵਿਖਾਇਆ ਜਾਏ ਕਿ ਲੱਸੀ ਕਿੱਦਾਂ ਮਤਲਬ ਪ੍ਰਸ਼ਾਦੇ ਦੇ ਨਾਲ ਇੱਥੇ ਵਰਤਾਈ ਜਾਂਦੀ ਆ ਔਰ ਕਿੰਨੀ ਕੁ ਸੰਗਤ ਇੱਥੇ ਮਤਲਬ ਲੱਸੀ ਲਈ ਉਤਸਾਹਿਤ ਹੁੰਦੀ ਹੈ। ਅਤੇ ਇੱਕ ਹੋਰ ਮੈਂ ਕਹਿਣਾ, ਦੇਖੋ ਸੰਗਤ ਨੂੰ ਅਗਰ ਪ੍ਰਸ਼ਾਦੇ ਨਾਲ ਲੱਸੀ ਦਈਏ, ਲੱਸੀ ਸਿਹਤ ਲਈ ਗੁਣਕਾਰੀ ਹੁੰਦੀ ਹੈ, ਠੰਡੀ ਹੁੰਦੀ ਆ, ਅਤੇ ਸੰਗਤ ਲੱਸੀ ਨੂੰ ਬਹੁਤ ਪਿਆਰ ਦੇ ਰਹੀ ਹੈ। ਦਿਨੋਂ ਦਿਨ ਸਾਨੂੰ ਕੁਆਂਟਿਟੀ ਵਧਾਉਣੀ ਪੈ ਰਹੀ ਆ ਕਿਉਂਕਿ ਲੱਸੀ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ। ਅਤੇ ਅੱਜ ਇੱਕ ਹੋਰ ਵੀਰ ਜੀ ਹੁਰੀ ਆਏ ਆ ਆਪਣਾ ਬਾਬਾ ਬਕਾਲਾ ਸਾਹਿਬ ਤੋਂ, ਉਹ ਕੋਲਡ ਡਰਿੰਕ ਦੀ ਸੇਵਾ ਲੈ ਕੇ ਆਏ ਆ। ਅਤੇ ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗੀ ਵੀਰ ਜੀ ਇਹਨਾਂ ਨੂੰ, ਇਹਨਾਂ ਦਾ ਬਾਬਾ ਬਕਾਲੇ ਤੋਂ ਕਿਹੜਾ ਪਿੰਡ ਪੈਂਦਾ? ਵੀਰ ਜੀ ਤੁਹਾਡਾ ਕਿਹੜਾ ਪਿੰਡ ਪੈਂਦਾ? ਸਾਡਾ ਪਿੰਡ ਭੈਣੀ ਰਾਮ ਦਿਆਲ ਜੀ, ਤਹਿਸੀਲ ਬਾਬਾ ਬਕਾਲਾ ਸਾਹਿਬ ਤੋਂ ਆਏ ਅਸੀਂ। ਹਾਂਜੀ ਹਾਂਜੀ। ਇਹ ਠੰਡੇ ਦਾ ਸੰਯੋਗ ਕਿੱਦਾਂ ਬਣਿਆ ਤੁਹਾਡਾ? ਕਿੱਦਾਂ ਸੋਚਿਆ ਕਿ ਠੰਡਾ ਚਾਹੀਦਾ? ਇਹ ਬਸ ਜੀ ਇੱਦਾਂ ਸੰਗਤ ਦਾ ਜ਼ੋਰ ਵੇਖੀਦਾ, ਇਹ ਵੀ ਲਾਗੇ ਲਾਗੇ ਸਾਰੀ ਸੰਗਤ ਲਾਉਂਦੀ ਸੀ, ਇਹ ਕਰਕੇ ਸਾਡੇ ਵੀ ਜੀ ਕਰ ਵੀ ਅਸੀਂ ਕੋਈ ਕਰਦੇ ਹਾਂ, ਇਹ ਕਰਕੇ ਇਕੱਠੇ ਹੋ ਕੇ ਅਸੀਂ ਕਰ ਲਿਆ ਥੋੜ੍ਹਾ ਬਹੁਤ। ਇਹ ਸਾਰੇ ਫਰੈਂਡਸ ਨੇ ਇਕੱਠੇ ਹੋ ਕੇ ਲਗਾਇਆ? ਹਾਂਜੀ ਇਕੱਠੇ ਹੋ ਕੇ ਲਾਇਆ ਜੀ ਸਾਰੇ। ਠੰਡਾ ਸੰਗਤ ਵਿੱਚ ਥੋੜ੍ਹੀ ਦੇਰ ਨੂੰ ਹੁਣ ਠੰਡਾ ਵੀ ਵਰਤਾਇਆ ਜਾਏਗਾ। ਪ੍ਰਸ਼ਾਦੇ ਨਾਲ ਲੱਸੀ ਦਾ ਲੰਗਰ ਚੱਲ ਰਿਹਾ ਹੈ ਜੀ, ਅਤੇ ਉਹ ਲੱਸੀ ਤੋਂ ਜਦੋਂ ਸੰਗਤ ਪ੍ਰਸ਼ਾਦਾ ਛਕ ਲਏਗੀ ਉਸ ਤੋਂ ਬਾਅਦ ਠੰਡਾ ਵਰਤਾਇਆ ਜਾਏਗਾ ਸੰਗਤ ਦੇ ਵਿੱਚ। ਸਾਰੇ ਸ਼ਹੀਦਾਂ ਸਾਹਿਬ 'ਚ ਸੰਗਤ ਨੂੰ ਲੱਸੀ ਤੋਂ ਬਾਅਦ ਠੰਡੇ ਦੀ ਸੇਵਾ ਚੱਲੇਗੀ ਜੀ। ਮੈਂ ਇੱਥੇ ਸੰਗਤ ਨਾਲ ਗੱਲ ਕਰਕੇ ਤੁਹਾਨੂੰ ਸੰਗਤ ਦੇ ਨਾਲ ਰੂਬਰੂ ਕਰਵਾਵਾਂਗੀ, ਪੁੱਛਾਂਗੀ ਸੰਗਤ ਨੂੰ ਕਿ ਤੁਹਾਨੂੰ ਇੱਥੇ ਆਉਣ ਦਾ ਸਹਿਯੋਗ ਕਿੱਦਾਂ ਮਿਲਿਆ। ਵਾਹਿਗੁਰੂ ਜੀ ਤੁਸੀਂ ਕਿੱਥੋਂ ਆਉਂਦੇ ਹੋ? ਅਸੀਂ ਜੀਰੇ ਤੋਂ ਆਉਂਦੇ ਹਾਂ ਜੀ। ਅਤੇ ਤੁਹਾਡਾ ਸਹਿਯੋਗ ਕਿਵੇਂ ਬਣਿਆ ਇੱਥੇ ਆਉਣ ਦਾ? ਅਸੀਂ ਗੁਰਚਰਨਾਂ ਨਾਲ ਲੱਸੀ ਲੈ ਕੇ ਆਉਂਦੇ, ਉਹਨਾਂ ਨਾਲ ਆਏ ਦਾ। ਤੁਹਾਡੇ ਉੱਥੋਂ ਲੱਸੀ ਆਉਂਦੀ ਹੈ, ਤੁਸੀਂ ਲੱਸੀ ਲੈ ਕੇ ਆਉਂਦੇ ਹੋ? ਅਤੇ ਲੱਸੀ ਦਾ ਵਿਚਾਰ ਕਿੱਦਾਂ ਆਇਆ ਤੁਹਾਡੇ ਮਨ 'ਚ? ਬਸ ਐਵੇਂ ਗਰਮੀ ਨੂੰ ਲੈ ਕੇ ਗਰਮੀ ਕਰ। ਅਤੇ ਆਂਟੀ ਤੁਸੀਂ, ਮੈਂ ਤੁਹਾਨੂੰ ਪੁੱਛਣਾ ਕਿੱਥੋਂ ਆਉਂਦੇ ਹੋ ਤੁਸੀਂ? ਅਸੀਂ ਸ੍ਰੀ ਗੋਇੰਦਵਾਲ ਸਾਹਿਬ ਜੀ। ਅਤੇ ਇੱਥੇ ਹਰ ਸੰਡੇ ਆਉਂਦੇ ਹੋ? ਹਰ ਸੰਡੇ ਆਉਂਦੇ। ਅਤੇ ਇੱਥੇ ਆ ਕੇ ਕਿੱਦਾਂ ਦਾ ਮਹਿਸੂਸ ਹੁੰਦਾ? ਬਹੁਤ ਹੀ ਵਧੀਆ, ਬਹੁਤ ਖੁਸ਼ੀ ਹੁੰਦੀ ਹੈ ਇੱਥੇ ਆਣ ਕੇ, ਬਹੁਤ ਨਿਮਰਤਾ ਮਿਲਦੀ ਹੈ। ਅਤੇ ਹੋਰ ਵੀ ਸੰਗਤ ਨਾਲ ਗੱਲ ਕਰਾਂਗੇ ਇੱਥੇ, ਅਤੇ ਇੱਥੇ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਦੇਖੋ ਕਿੱਦਾਂ ਠੰਡੇ ਦੀ ਸੇਵਾ ਵੀ ਸ਼ੁਰੂ ਹੋ ਗਈ ਹੈ ਅਤੇ ਠੰਡਾ ਵਰਤਾਇਆ ਜਾ ਰਿਹਾ ਹੈ। ਇੱਥੇ ਠੰਡੇ ਦੀ ਸੇਵਾ ਚੱਲਦੀ ਪਈ ਹੈ। ਮੈਂ ਇੱਥੇ ਹੋਰ ਵੀ ਗੱਲ ਕਰਵਾਉਣਾ ਚਾਹਾਂਗੀ ਅੰਕਲ ਜੀ ਨਾਲ। ਠੰਡੀ ਮਿੱਠੀ ਲੱਸੀ ਜੀਰੇ ਵਾਲੀ ਭਾਈ, ਲੱਸੀ ਲਓ ਭਾਈ, ਲੱਡੀ ਲਓ ਲੱਸੀ ਭਾਈ। ਮੋਬਾਈਲਾਂ ਦਾ ਖਿਆਲ ਰੱਖੋ ਭਾਈ, ਆਦੇ ਜੇਬਾਂ ਦਾ, ਮੋਬਾਈਲਾਂ ਦਾ ਵੀ ਖਿਆਲ ਰੱਖੋ। ਵਾਹਿਗੁਰੂ ਜੀ। ਤੇ ਮੈਂ ਪੁੱਛਣਾ ਚਾਹਾਂਗੀ ਅੰਕਲ ਜੀ, ਤੁਸੀਂ ਇੱਥੇ ਕਦੋਂ ਆ ਜਾਂਦੇ ਹੋ ਤੇ ਕਿੰਨੇ ਵਜੇ ਜਾਂਦੇ ਹੋ ਵਾਪਿਸ?
ਅਸੀਂ ਜਾਂਦੇ ਹਾਂ ਜੀ 5:30 ਹੋ ਜਾਂਦੇ ਜੀ, ਅਤੇ ਸੁਬਹਾ ਇੱਥੇ 9 ਵਜੇ ਤੱਕ ਪਹੁੰਚ ਜਾਂਦੇ ਹਾਂ ਜੀ, ਅਤੇ 3 ਦਿਨ ਲੱਗ ਜਾਂਦੇ ਇਹਨੂੰ ਲੱਸੀ ਬਣਾਉਣ ਨੂੰ। ਸਾਡੇ ਕੋਲ ਵੀਡੀਓ ਬਣੀ ਹੋਈ ਆ, ਦੁੱਧ ਨੂੰ ਉਬਾਲਣਾ ਹੈ, ਉਬਾਲ ਕੇ ਠੰਡਾ ਕਰਨਾ, ਠੰਡਾ ਕਰਕੇ ਉਹਨਾਂ ਨੂੰ ਜਾਗ ਲਾ ਕੇ ਫਿਰ ਲੈ ਕੇ ਆਈਆ ਜੀ। ਅਤੇ ਇਹ ਤੁਹਾਡੇ ਮਨ 'ਚ ਕਿੱਦਾਂ ਆਇਆ ਕਿ ਇੱਥੇ ਲੱਸੀ ਲੈ ਕੇ ਜਾਣੀ? ਇਹ ਮਾਲਕ ਨੇ ਬਣਵਾਇਆ ਜੀ, ਇਹਦੇ ਮਾਲਕ ਦੇ ਵਾਸੀ ਆ ਵੀ ਜੋ ਮਰਜ਼ੀ ਕਰਵਾ ਸਕਦਾ, ਬੰਦੇ ਦੀ ਸੋਚ ਨਹੀਂ ਹੈਗੀ ਕਿ ਵੀ ਬੰਦਾ ਕੀ ਕਰਦਾ, ਇਹ ਸਭ ਮਾਲਕ ਦੇ ਵਾਸ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਗਿਆ ਜਗਾਰਾ ਹੋਏ ਸੁਣਿਆ ਹਾਲੇ ਫਤਿਹ ਵਾਲਾ, ਧੰਨ ਧੰਨ ਬਾਬਾ ਦੀਪ ਸਿੰਘ ਮਨ ਨੂੰ ਭਾਵੇ ਸ੍ਰੀ ਅਕਾਲ, ਤੇਗ ਤੇਗ ਫਤਿਹ, ਗੁਰੂ ਕੇ ਖਾਲਸੇ ਹਰ ਮੈਦਾਨ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਵਿੱਚ ਤੁਸੀਂ ਉਤਸ਼ਾਹ ਵੇਖ ਸਕਦੇ ਹੋ।